ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦਾ ਗਵਰਨਰ ਨਿਊਸਮ ਹੋਣਾ ਨੇ ਅਨਾਉਂਸ ਕੀਤਾ ਸੀ ਵੀ ਆਲਰੇਡੀ ਬਜਟ ਨੈਗੇਟਿਵ ਦੇ ਵਿੱਚ ਹੈਗਾ, ਸ਼ਾਰਟਫਾਲ ਹੈਗਾ ਆ, ਤੇ ਅੱਜ ਸਟੇਟ ਦੇ ਜੋ ਫਾਈਨੈਂਸ ਨਾਲ ਰਿਲੇਟਡ ਇਰਕਾ ਲੀ ਚੀਫ ਡਿਪਟੀ ਬਜਟ ਆਫਿਸਰ ਆ, ਉਹਨਾਂ ਨੇ ਅਨਾਉਂਸ ਕੀਤਾ ਆ ਕੈਲੀਫੋਰਨੀਆ ਦਾ 22.5 ਬਿਲੀਅਨ ਡਾਲਰ ਦਾ ਬਜਟ ਡੈਫਿਸਿਟ ਹੋਊਗਾ, ਪਰ ਜੇ ਰਿਸੈਸ਼ਨ ਆ ਗਿਆ ਤਾਂ ਇਹ ਡੈਫਿਸਿਟ ਟ੍ਰਿਪਲ ਹੋ ਜਾਊਗਾ, 3 ਟਾਈਮਸ ਜ਼ਿਆਦਾ ਹੋ ਜਾਊਗਾ। ਇਹ ਅੱਜ ਉਹਨਾਂ ਨੇ ਕੈਲੀਫੋਰਨੀਆ ਦੀ ਸੈਨੇਟ ਨੂੰ ਦੱਸਿਆ ਹੈਗਾ। ਸੋ ਕੈਲੀਫੋਰਨੀਆ ਦੇ ਗਵਰਨਰ ਨੇ ਇਹ ਵੀ ਕਿਹਾ ਵੀ ਜੋ ਸਟੇਟ ਦੇ ਰਿਜ਼ਰਵ ਦੇ ਕੋਲ 35.6 ਬਿਲੀਅਨ ਡਾਲਰ ਹੈਗਾ ਆ, ਉਸ ਨੂੰ ਹਜੇ ਤੱਕ ਅਸੀਂ ਯੂਜ਼ ਕਰਨ ਲਈ ਨਹੀਂ ਸੋਚ ਰਹੇ ਹੈਗੇ। ਸੋ ਸਪਰਿੰਗ ਤੱਕ ਆਪਾਂ ਦੇਖਾਂਗੇ ਵੀ ਕਿਸ ਤਰ੍ਹਾਂ ਜੋ ਕੈਲੀਫੋਰਨੀਆ ਦਾ ਬਜਟ ਚੱਲ ਰਿਹਾ ਹੈ।